जलंधर की स्पैशल ऑपरेशन यूनिट ने पठानकोट चौंक तो दो नौजवानों एक देसी कट्टे और एक पिस्तौल समेत गिरफ्तार किया है, जिन्हों की पहचान मुनीक और दविंदर वजों हुई है। इस संबंधी ASI बलजीत सिंह ने दसिया कि मुनकसिर पहला भी चोरी का मामला दर्ज है, पुलिस वालों दोवां तो होर पुछगिछ की जा रही है, जिस तों बाद ही यह पता लगेगा कि दोवां ने किनिया वारदातों नूं अंजाम दिता है। श्री गुरप्रीत सिंह भुल्लर IPS दियां हदायतों के अनुसार भैड़े अफसरों के खिलाफ गिढ़ी हुई मुहिम के तहत स्पैशल ऑपरेशन यूनिट की पुलिस ने दो व्यक्तियों पठानकोट चौंक तों गिरफ्तार करके उन्हां दे कब्जे विच्चों एक पिस्तौल देसी कट्टा ते दो जिंदा राउंड 315 बोर बरामद किए। सर इन्हां दे की नाम है? एक दा नाम मनीत ਤੇ ਇੱਕ ਦਾ ਨਾਮ ਦਵਿੰਦਰ। ਸਰ ਇਹ ਪਤਾ ਲੱਗਾ ਕਿ ਇਹਨਾਂ ਜਿਹੜਾ ਦੇਸੀ ਕੱਟਾ ਕੱਲ੍ਹ ਹੀ ਰੱਖਿਆ ਹੋਇਆ ਸੀ, ਇਹਨਾਂ ਕੋਲ ਪੁੱਛਗਿਛ ਕਰਨੀ ਬਾਕੀ ਹੈ, ਵਾਰਦਾਤਾਂ ਨੂੰ ਅੰਜਾਮ ਦੇਣ ਬਾਰੇ ਵੀ ਇਹਨਾਂ ਨੂੰ ਪਤਾ ਕਰਨਾ ਕਿੰਨੀਆਂ ਕਿੰਨਾ ਹੋਰ ਵਾਰਦਾਤਾਂ ਕੀਤੀਆਂ। ਅਤੇ ਬੈਕਗਰਾਊਂਡ ਜੇ ਗੱਲ ਕਰੀਏ, ਬੈਕਗਰਾਊਂਡ ਦੀ ਕੀ ਬੈਕਗਰਾਊਂਡ ਹੈ ਇਹਨਾਂ ਦੇ? ਕੋਈ ਪਹਿਲੇ ਪਰਚੇ? ਜਿਹੜਾ ਮਨੀਤ ਆ ਉਹਦੇ 'ਤੇ ਪਹਿਲਾਂ ਵੀ ਪਰਚੇ ਨੇ ਚੋਰੀਆਂ ਚਾਰੀਆਂ ਨੇ, ਅਤੇ ਜਿਹੜਾ ਦੂਜਾ ਉਹਦੇ 'ਤੇ ਪਹਿਲੇ ਪਰਚਾ। ਅਤੇ ਘਰ ਦੇ ਕੀ ਕਰਦੇ ਆ ਇਹਦੇ? ਇਹ ਬਿਲਡਿੰਗ ਦਾ ਕੰਮ ਕੰਮ ਕਰਦੇ ਮੁੰਡੇ ਨੂੰ। ਸਰ ਇਹ ਵੀ ਪਤਾ ਲੱਗਾ ਕਿ ਇਹ ਦੋਨੋਂ ਜਿਹੜੇ ਨੌਜਵਾਨ ਹੈਗੇ ਆ, ਇਹਨਾਂ ਨੂੰ ਯਾਨੀ ਕਿ ਜਿਹੜੇ ਹਥਿਆਰ ਕੇ ਸ਼ੌਂਕ ਸੀਗਾ? ਹਾਂ, ਸ਼ੌਂਕ ਤੌਰ 'ਤੇ ਫੋਟੋ ਖਿੱਚ ਕੇ, ਕਹਿੰਦੇ ਫੋਟੋ ਖਿੱਚਣ ਵਾਸਤੇ ਸ਼ੌਂਕ ਸੀ ਸਾਨੂੰ, ਅਤੇ ਤਾਂ ਹੀ ਦੇਸੀ ਕੱਟਾ ਯੂਪੀ ਤੋਂ ਲੈ ਕੇ ਆਏ। ਕਿੰਨੇ ਦਾ ਲੈ ਕੇ ਆਏ ਸਰ? ਇਹ ਪੁੱਛਗਿਛ ਕਰਕੇ ਦੇਖਣਗੇ ਅਤੇ ਕੀ ਦੱਸਦੇ। ਅਤੇ ਕਾਰਵਾਈ ਕੀ ਕੀਤੀ ਹੈ ਸਰ? 25-54 RN Act ਮੁਕੱਦਮਾ ਦਰਜ ਕਰਕੇ 98 ਨੰਬਰ 8 ਵਿੱਚ ਤੁਰਤੀ ਜਾਰੀ। ਅਤੇ ਇਹ ਇਕੱਲੇ ਹੀ ਹੈ ਸਰ, ਇਹਨਾਂ ਨਾਲ ਹੋਰ ਵੀ ਬੰਦੇ ਆ? ਇਹ ਜਿਹੜੇ ਪੁੱਛਗਿਛ ਕਰਕੇ ਇਹ ਕਾਤੇ ਸੀ? ਇਹ ਪੈਦਲ ਹੀ। ਦੇਸ਼ ਦੁਨੀਆ 'ਤੇ ਕੋਰੋਨਾ ਮਹਾਮਾਰੀ ਦਾ ਅਸਰ, ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ, ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ, ਕਸਬਾ, ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼। ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ।